ਹੋ ਗਏ ਆਦੀ ਬਹਿੰਦੇ ਵਿੱਚ ਚੌਂਕਦੇ ਆ ਉਹ ਚਿੱਟਿਆ ਨਾ ਤੂੰ ਕਹਿਰ ਕਮਾ ਉਹ ਚਿੱਟਿਆ ਨਾ ਤੂੰ ਕਹਿਰ ਕਮਾ ਬੱਚੇ ਸਾਡੇ ਦੇ ਸਿਰ ਤੇ ਮੋ ਉਹ ਚਿੱਟਿਆ ਨਾ ਤੂੰ ਕਹਿਰ ਕਮਾ ਉਹ ਚਿੱਟਿਆ ਨਾ ਤੂੰ ਕਹਿਰ ਕਮਾ ਉਹ ਬਾਬਲ ਚੱਕ ਕੇ ਤੁਰਦੇ ਮੋਢਿਆਂ ਤੇ ਦਿੰਦੇ ਵਿੱਚ ਸਵੀਆਂ ਦੇ ਲਾ ਉਹ ਚਿੱਟਿਆ ਨਾ ਤੂੰ ਕਹਿਰ ਕਮਾ ਉਹ ਚਿੱਟਿਆ ਨਾ ਤੂੰ ਕਹਿਰ ਕਮਾ ਲਾ ਕੇ ਲਾਂਬੂ ਮੁੜਦੇ ਘਰ ਨੂੰ ਡਿੱਗ ਪੈਂਦੇ ਨੇ ਵਿੱਚ ਰਾਹ ਵੇ ਚਿੱਟਿਆ ਨਾ ਤੂੰ ਕਹਿਰ ਕਮਾ ਵੇ ਚਿੱਟਿਆ ਸਾਡੇ ਨਾ ਤੂੰ ਨਾ ਤੂੰ ਕਹਿਰ ਕਮਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਹਾਂਜੀ ਸਰ ਕੀ ਨਾਮ ਆਪਣੇ ਤੇ ਕੀ ਕਹਿਣਾ ਚਾਹੋਗੇ ਲੱਖਾ ਸਿੰਘ ਸਧਾਣਾ ਜੀ ਜੀ ਲੋਕ ਸਭਾ ਚੋਣ ਲੜ ਰਹੇ ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਪੀਲ ਕਰਦੇ ਹਾਂ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਹੱਕ ਅਤੇ ਸੱਚ ਦਾ ਸਾਥ ਦੇਣ ਲਈ ਮੇਰਾ ਸਾਥ ਦਿਓ ਜਿਹੜੇ ਮੁੱਦਿਆਂ ਦੇ ਉੱਤੇ ਮੈਂ ਚੋਣ ਲੜ ਰਿਹਾ ਕੀ ਮੁੱਦੇ ਆ ਤੁਹਾਡੇ ਨਸ਼ਿਆਂ ਦੇ ਖਿਲਾਫ ਮੈਂ ਲੰਮੇ ਸਮੇਂ ਤੋਂ ਲੜ ਰਿਹਾ ਮਾਵਾਂ ਦੇ ਪੁੱਤ ਰੋਜ਼ ਮਰਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਇਤਿਹਾਸ ਨੂੰ ਸਾਂਭਣ ਦੀ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਜਾਂ ਜੋ ਧੱਕੇਸ਼ਾਹੀਆਂ ਇੱਥੇ ਪੰਜਾਬ ਦੇ ਅੰਦਰ ਲੋਕਾਂ ਨੂੰ ਹੁੰਦੀਆਂ ਨੇ ਜਾਂ ਇੱਕ ਵਾਰੀ ਵੋਟਾਂ ਲੈ ਕੇ ਮੁੜ ਕੇ ਕੋਈ ਸੁਣਦਾ ਹੀ ਨਹੀਂ ਸੁਣਵਾਈ ਨਹੀਂ ਹੁੰਦੀ ਉਹਦੇ ਲਈ ਮੈਂ ਲਗਾਤਾਰ ਆਵਾਜ਼ ਆਪਣੀ ਪਹਿਲਾਂ ਵੀ ਬੁਲੰਦ ਕੀਤੀ ਜਿਹੜੀ ਆਵਾਜ਼ ਮੈਂ ਲੋਕਾਂ 'ਚ ਸ਼ਹਿਰਾਂ 'ਚ ਪਿੰਡਾਂ 'ਚ ਬੁਲੰਦ ਕਰਦਾ ਉਹ ਆਵਾਜ਼ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਆਪਣੇ ਲੋਕਾਂ ਲਈ ਬੁਲੰਦ ਕਰੂੰਗਾ ਇਸ ਆਧਾਰ ਦੇ ਉੱਤੇ ਲੋਕਾਂ ਨੂੰ ਅਪੀਲ ਹੈ ਕਿ ਮੇਰਾ ਸਾਥ ਦਿਓ ਥੈਂਕ ਯੂ ਸ਼ੁਕਰੀਆ ਸਰਕਾਰ ਦੇ ਦਿਮਾਗ ਤੇ ਅਸਰ ਨਹੀਂ ਪਿਆ ਅਸੀਂ ਇੱਥੋਂ ਦੇ ਐਮਐਲਏ ਨੂੰ ਇੱਥੋਂ ਦੇ ਨੁਮਾਇੰਦੇ ਨੂੰ ਐਲਾਨਤਾ ਸਾਡੀਆਂ ਬੀਬੀਆਂ ਵੱਲੋਂ ਐਲਾਨਤਾ ਇਹ ਜੀ ਸਰਕਾਰ ਨੂੰ ਜਿਹਦੀ ਸਰਕਾਰ ਦੇ ਵਿੱਚ ਅੱਜ ਨਸ਼ਾ ਵਿਕ ਚੁੱਕਿਆ ਕਾਂਗਰਸ ਦੀ ਸਰਕਾਰ ਦੇ ਵਿੱਚ ਸਾਡੀਆਂ ਬੀਬੀਆਂ ਦੇ ਪਰਚੇ ਦਰਜ ਹੋ ਚੁੱਕੇ ਕਿ ਸਾਡੀ ਅੱਜ ਤੱਕ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਸਾਨੂੰ ਕਿਸੇ ਸਰਕਾਰ ਨੇ ਆ ਕੇ ਇਹ ਨਹੀਂ ਪੁੱਛਿਆ ਕਿ ਤੁਸੀਂ ਭੁੱਖੀਆਂ ਹੋ ਜਾਂ ਤੁਸੀਂ ਧਿਆਨੀਆਂ ਹੋ ਤੁਸੀਂ ਕਿਵੇਂ ਰੋਡ ਦੇ ਉੱਤੇ ਬੈਠੀਆਂ ਇਸ ਜਗ੍ਹਾ ਦੇ ਉੱਤੇ ਕਿ ਇਸ ਭਗਵੰਤ ਮਾਨ ਦੀਆਂ ਮਾਵਾਂ ਆਉਂਦੀਆਂ ਜਾਂ ਭੈਣਾਂ ਆਉਂਦੀਆਂ ਤਾਂ ਇਸ ਭਗਵੰਤ ਮਾਨ ਦੀ ਕਿਵੇਂ ਚੀਕ ਨਿਕਲਦੀ ਸਾਡੇ ਖੇਡ ਦੇ ਪੁੱਤ ਮਾਵਾਂ ਦੇ ਬੁੱਕਣਾ ਚ ਚੱਲ ਗਏ ਸਾਡਾ ਧਰਤੀ ਸਮਾਨ ਫਟ ਗਿਆ ਕਿਵੇਂ ਚ ਸਾਡੀਆਂ ਤੇ ਭੈਣਾਂ ਬੈਠੀਆਂ ਜਿਨ੍ਹਾਂ ਦੇ 20-22 ਸਾਲ ਦੇ ਪੁੱਤ ਖੇਡਦੇ ਬੁੱਕੜੀ ਆ ਖੱਚ ਸਰਕਾਰ ਅਸੀਂ ਦਾਅਵੇ ਨਾਲ ਕਹਿੰਦੇ ਆ ਆ ਖੱਚ ਸਰਕਾਰ ਨੇ ਬੀਬੀਆਂ ਨਾਲ ਵਾਅਦਾ ਕੀਤਾ ਸੀ ਕਹਿੰਦਾ ਸੀ ਮੈਂ ਚਿੱਟਾ ਨਹੀਂ ਵੇਖਣ ਦਿੰਦਾ ਆ ਖੱਚ ਸਰਕਾਰ ਨੇ ਸ਼ਰੇਆਮ ਚਿੱਟਾ ਸਰਕਾਰਾਂ ਦਾ ਪਬਲਿਕ ਦਾ ਪਿਆਰ ਦਾ ਪਕੇਰੂ ਬਣ ਗਿਆ ਮਾਵਾਂ ਦੇ ਪੁੱਤ ਮਾਰਦੇ ਮਿੱਟੀ ਵਾਂਗੂ ਚਿੱਟਾ ਖਿਲਾਰਤਾ ਸਾਡੇ ਨਾਲ ਜਵਾਬ ਕਰੇ ਆਣ ਕੇ ਇੱਥੇ ਆ ਕੇ ਵੋਟਾਂ ਮੰਗੇ ਉਹਦਾ ਨੁਮਾਇੰਦਾ ਇੱਥੇ ਆ ਕੇ ਕੋਈ ਵੜੇ ਅਸੀਂ ਫਿਰ ਉਸ ਨੂੰ ਦੱਸਾਂਗੇ ਵੀ ਪੁੱਤਾਂ ਦੇ ਕੀ ਦਰਦ ਹੁੰਦੇ ਨਾ ਕਿਹੜੇ ਦਰਦ ਦੇ ਵਿੱਚ ਅਸੀਂ ਇੱਥੇ ਬੈਠੀਆਂ ਅਸੀਂ ਢਿੱਲੋਂ ਸਾਹਿਬ ਕੋਲ ਗਏ ਢਿੱਲੋਂ ਸਾਹਿਬ ਨੂੰ ਮੈਂ ਜਾ ਕੇ ਆਖਿਆ ਢਿੱਲੋਂ ਸਾਹਿਬ ਸਾਡੇ ਕੋਲ ਅੱਜ ਆਟਾ ਹੈ ਨਹੀਂ ਅੱਜ ਸਾਡੇ ਕੋਲ ਧਰਨੇ ਤੇ ਖਰਚਾ ਹੈ ਨਹੀਂ ਸਾਨੂੰ ਢਿੱਲੋਂ ਨੇ ਲਵਲੀ ਨੇ ਜਵਾਬ ਦਿੱਤਾ ਕਹਿੰਦਾ ਮੈਂ ਧਰਨੇ ਤੇ ਆਊਂਗਾ ਕਾਂਗਰਸ ਦੇ ਸਮੇਂ ਦੇ ਵਿੱਚ ਸਾਡੇ ਬੀਬੀਆਂ ਦੇ ਪਰਚੇ ਹੋ ਗਏ ਮੈਂ ਕਿਹਾ ਢਿੱਲੋਂ ਸਾਹਿਬ ਪਾਰਟੀ ਦੀ ਖਾਤਰ ਸਾਡੇ ਦੇ ਪਰਚੇ ਦਰਜ ਹੋ ਜਾਂ ਸਾਡੀਆਂ ਜਵਾਨਤਾ ਕਰਾ ਸਾਨੂੰ ਜਵਾਬ ਮਿਲਿਆ ਵੀ ਜਵਾਨਤਾ ਦਾ ਬੀਬਾ ਜੀ ਤੁਹਾਨੂੰ ਆਪ ਨੂੰ ਕਰਾਉਣੀਆਂ ਪੈਣੀਆਂ ਆਡਾ ਹੱਥ ਧਰੇ ਕਿ ਸਾਨੂੰ ਪੁੱਛ ਕੇ ਦੇਖੋ ਕਿ ਰਾਤ ਨੂੰ ਸਾਡਾ ਪਾਣੀ ਦੇ ਥਾਲੀ ਦੇ ਪਾਣੀ ਵਾਂਗੂ ਕਿਵੇਂ ਦਿਲ ਡੋਲਦਾ ਇੱਥੇ ਪੀਆਂ ਦਾ ਕਿਵੇਂ ਅਸੀਂ ਰਾਤ ਨੂੰ ਰਾਤਾਂ ਕਰਦੀਆਂ ਇੱਥੇ ਸੋਨੀਆਂ ਆਪਦੇ ਘਰਾਂ 'ਚੋਂ